ਪੰਜਾਬੀ ਸਾਇੰਸ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਇੰਸ ਟੀਵੀ। ਅੱਜ ਪੂਰੀ ਦੁਨੀਆ ਦੇ ਉੱਤੇ 1 ਮਈ ਦਾ ਜਿਹੜਾ ਦਿਨ ਹੈਗਾ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ, ਕਿਉਂਕਿ ਅੱਜ ਦੇ ਦਿਨ ਮਜ਼ਦੂਰ ਨੂੰ ਉਸਦਾ ਇਹ ਦਿਨ ਕਹਿ ਕੇ ਛੁੱਟੀ ਕੀਤੀ ਗਈ ਸੀ ਕਿ ਅੱਜ ਦੇ ਦਿਨ ਮਜ਼ਦੂਰ ਜਿਹੜਾ ਹੈਗਾ ਉਸਨੂੰ 8 ਘੰਟੇ ਤੋਂ ਵੱਧ ਸਮਾਂ ਉਹ ਕੰਮ ਨਹੀਂ ਕਰ ਸਕਦਾ ਤੇ ਉਸਨੂੰ ਸ਼ਨੀ ਐਤਵਾਰ ਦੀ ਛੁੱਟੀ ਹੋਵੇਗੀ। ਇਸ ਕਰਕੇ ਅਮਰੀਕਾ ਦੇ ਵਿੱਚ ਇਹ 1886 ਨੂੰ ਇਹ ਪਹਿਲਾ ਦਿਨ ਲਾਗੂ ਹੋਇਆ ਸੀਗਾ। ਪਰ ਜੇਕਰ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕਣਕਾਂ ਕਿਸਾਨਾਂ ਨੇ ਵੱਢ ਲਈਆਂ ਹਨ ਤੇ ਕਣਕਾਂ ਫਸਲਾਂ ਜਿਹੜੀਆਂ ਸੀਗੀਆਂ ਮੰਡੀਆਂ ਵਿੱਚ ਵੀ ਚਲ ਗਈਆਂ ਹਨ, ਪਰ ਮੰਡੀਆਂ ਦੇ ਵਿੱਚ ਉੱਥੇ ਉਹਨਾਂ ਨੂੰ ਠੀਕ ਮੁੱਲ ਨਹੀਂ ਮਿਲ ਰਿਹਾ। ਉਹਨਾਂ ਨੂੰ ਉਸ ਕਣਕ ਨੂੰ ਸਾਂਭਣ ਦੇ ਲਈ ਬਾਰਦਾਨਾ ਪੰਜਾਬ ਸਰਕਾਰ ਨੇ ਮੁਹੱਈਆ ਕਰਵਾ ਰਹੀ, ਜਿਸ ਨੂੰ ਬਠਿੰਡਾ ਜ਼ਿਲ੍ਹੇ ਦੇ ਝੁੰਗਾ ਪਿੰਡ ਦੇ ਵਿੱਚ ਸਾਡੇ ਵਿਸ਼ੇਸ਼ ਸਹਿਯੋਗੀ ਬਾਰੂ ਸਿੰਘ ਸੱਗੂ ਜੀ ਨੇ ਰਿਪੋਰਟ ਪੇਸ਼ ਕੀਤੀ ਹੈ। ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉੱਥੇ ਜਿਹੜੇ ਕਿਸਾਨ ਬੈਠੇ ਆ ਉਹ ਕੀ ਸਰਕਾਰ ਤੋਂ ਮੰਗ ਕਰ ਰਹੇ ਨੇ। ਧੰਨਵਾਦ। ਤੁਸੀਂ ਵੇਖ ਰਹੇ ਹੋ ਪੰਜਾਬੀ ਸਾਇੰਸ ਟੀਵੀ ਚੈਨਲ, ਮੈਂ ਹਾਂ ਜਗਜੀਤ ਬਾਰੂ ਸਿੰਘ ਸੱਗੂ। ਸਾਥੀਓ, ਸਭ ਤੋਂ ਪਹਿਲਾਂ ਜਿਹੜਾ ਹੈ ਅੱਜ 1 ਮਈ ਦਿਹਾੜਾ ਹੈ ਕਿ ਜਾਣੀ ਕਿ ਮਜ਼ਦੂਰ ਦੇ, ਅਸੀਂ ਉਹਨਾਂ ਮਜ਼ਦੂਰਾਂ ਨੂੰ ਜਿਹੜੇ ਸ਼ਿਕਾਗੋ ਦੇ ਵਿੱਚ ਸ਼ਹੀਦ ਕੀਤੇ ਗਏ ਸਨ ਉਹਨਾਂ ਨੂੰ ਪੰਜਾਬੀ ਸਾਇੰਸ ਟੀਵੀ ਚੈਨਲ ਦੇ ਚੀਫ ਐਡੀਟਰ ਪਵਨ ਪ੍ਰਵਾਸੀ ਅਤੇ ਸਮੂਹ ਟੀਮ ਵੱਲੋਂ ਉਹਨਾਂ ਨਾਲ ਸਲਾਮ ਕਹਿੰਦੇ ਹਾਂ। ਸੋ ਸਾਥੀਓ, ਜੇ ਹੁਣ ਆਪਾਂ ਗੱਲ ਕਰੀਏ ਕਿਸਾਨੀ ਸੰਘਰਸ਼ ਬਾਰੇ, ਕਿਸਾਨੀ ਸੰਘਰਸ਼ ਚੱਲਦੇ ਨੇ ਤਕਰੀਬਨ ਕਾਫੀ ਮਹੀਨੇ ਬੀਤ ਚੁੱਕੇ ਨੇ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਕਿਸਾਨ ਡਟੇ ਹੋਏ ਨੇ। ਉਸ ਤੋਂ ਇਲਾਵਾ ਜਿਹੜੀ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਆ ਉਸ ਦੇ ਨਾਲ ਵੀ ਸਾਰਾ ਦੇਸ਼ ਹੈ ਉਹ ਜੂਝ ਰਿਹਾ ਹੈ। ਉਸ ਤੋਂ ਇਲਾਵਾ ਇਹਨਾਂ ਪਰੇਸ਼ਾਨੀਆਂ ਤੋਂ ਚੱਲਦੇ ਹੋਏ ਜਿਨ੍ਹਾਂ ਕਿਸਾਨ ਵੀਰਾਂ ਦੀਆਂ ਕਣਕਾਂ ਅੱਜ ਦਾਣਾ ਮੰਡੀਆਂ ਦੇ ਵਿੱਚ ਪਈਆਂ ਹਨ, ਪਰ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਜਿਨ੍ਹਾਂ ਨੂੰ ਅੱਜ ਵੀ ਕਿਸਾਨਾਂ ਨੂੰ ਉੱਥੇ ਬੜਾ ਹੀ ਤੰਗ ਪਰੇਸ਼ਾਨ ਹੋਣਾ ਪੈਂਦਾ ਹੈ ਮੰਡੀਆਂ ਦੇ ਵਿੱਚ, ਕਿਉਂਕਿ ਬਾਰਦਾਨਾ ਜਿਹੜਾ ਪੁੱਜ ਨਹੀਂ ਰਿਹਾ। ਸੋ ਆਓ ਅੱਜ ਆਪਾਂ ਵਿਖਾਉਂਦੇ ਹਾਂ ਅਜਿਹੀ ਹੀ ਇੱਕ ਰਿਪੋਰਟ ਜਿਹੜੇ ਕਿ ਬਠਿੰਡਾ ਜ਼ਿਲ੍ਹਾ ਪਿੰਡ ਝੁੰਬੇ ਦੀ ਹੈ, ਜਿੱਥੇ ਕਿ ਕਿਸਾਨ ਜਿਹੜੇ ਹੈਗੇ ਨੇ ਆਪਣੀਆਂ ਫਸਲਾਂ ਨੂੰ ਲੈ ਕੇ ਦਾਣਾ ਮੰਡੀਆਂ ਦੇ ਵਿੱਚ ਬੈਠੇ ਹਨ, ਪਰ ਉੱਥੇ ਬਾਰਦਾਨਾ ਨਹੀਂ ਪੁੱਜ ਰਿਹਾ। ਸੋ ਆਓ ਉਹਨਾਂ ਦਾ ਕੀ ਕਹਿਣਾ ਹੈ, ਦਿਖਾਉਂਦੇ ਹਾਂ ਤੁਹਾਨੂੰ ਇਹ ਰਿਪੋਰਟ। ਆਪਣੀ ਰਾਖੀ ਆਪ ਕਰੋ, ਇਹਨਾਂ ਸਰਕਾਰਾਂ ਤੋੜਾਂ ਚੈੱਕ ਕਰੋ, ਆਪਣੀ ਰਾਖੀ ਆਪ ਕਰੋ, ਕੱਲੇ ਕੱਲੇ ਮਾਰ ਨਾ ਖਾਓ, ਇਕੱਠੇ ਹੋ ਕੇ ਅੱਗੇ ਆਓ, ਕੱਲੇ ਕੱਲੇ ਮਾਰ ਨਾ ਖਾਓ, ਇਕੱਠੇ ਹੋ ਕੇ ਅੱਗੇ ਆਓ, ਜਗਸੀਰ ਸਿੰਘ ਝੁੰਬਾ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ, ਜ਼ਿਲ੍ਹਾ ਕਮੇਟੀ ਮੈਂਬਰ ਝੁੰਬੇ ਦੀ ਦਾਣਾ ਮੰਡੀ ਦਾ। ਕਿਸਾਨ 10-10, 12-12 ਦਿਨ ਹੋ ਗਏ ਬੈਠਿਆਂ ਨੂੰ, ਨਾ ਤਾਂ ਕੋਈ ਇੱਥੇ ਬਾਰਦਾਨਾ ਆ ਰਿਹਾ ਗਾ ਅਤੇ ਨਾ ਹੀ ਕੋਈ ਲਿਫਟਿੰਗ ਦਾ ਪ੍ਰਬੰਧ ਆ। ਕਿਸਾਨ ਵੀ ਬੈਠੇ ਆ ਅਤੇ ਮਜ਼ਦੂਰ ਵੀ ਇੱਥੇ ਮੰਡੀਆਂ 'ਚ ਵਿਹਲੇ ਬੈਠੇ ਆ, ਅਤੇ ਜਿਹੜੇ ਮਜ਼ਦੂਰਾਂ ਨੂੰ 2 ਰੁਪਏ ਬਚਣੇ ਸੀਗੇ ਉਹ ਆਪਦਾ ਖਰਚਾ ਖਾਈ ਜਾਂਦੇ ਆ, ਤਾਂ ਨਹੀਂ ਤਾਂ ਉਹਨੇ ਮੰਡੀ 'ਚ ਸਾਰੀ ਮੰਡੀ ਵਿਹਲੀ ਹੋਊਗੀ ਆ, ਅਤੇ ਸਾਡੀ ਹਜੇ ਮੰਡੀ 'ਚ ਬਾਰਦਾਨਾ ਨਹੀਂ ਆ ਰਿਹਾ, ਅਤੇ ਕਿਸਾਨ 10-10 ਦਿਨ ਹੋ ਗਏ ਬੈਠਾਂ, ਅਤੇ ਮਜ਼ਦੂਰ ਅਤੇ ਮਜ਼ਦੂਰਾਂ ਦੀ ਦਿਹਾੜੀ ਵੀ ਮਰੀ ਜਾਂਦੀ ਆ। ਤਾਂ ਅਸੀਂ ਸਰਕਾਰ ਤੋਂ ਜਿਹੜੀ ਕਹਿੰਦੀ ਸੀਗੀ 24 ਘੰਟਿਆਂ 'ਚ ਕਿਸਾਨਾਂ ਨੂੰ ਪੇਮੈਂਟ ਕਰ ਦਿਆਂਗੇ, ਇੱਥੇ ਦਾ ਭਰਾਵੋ ਮੋਦੀ ਹੋਵੇ ਭਲਾਂ ਦੀ ਕੈਪਟਨ ਹੋਵੇ, ਤਾਂ ਇਹਨਾਂ ਦੀ ਜਿਹੜੀ ਦਾਅਵੇ ਕਰਦੇ ਆ ਕਿ ਪਿੰਡਾਂ 'ਚ ਜਾਂ ਸਪੀਕਰਾਂ 'ਚ ਆ ਜਾ ਕੇ ਮੀਡੀਆ 'ਚ ਕਹਿੰਦੇ ਆ ਅਸੀਂ 24 ਘੰਟਿਆਂ 'ਚ ਕਿਸਾਨਾਂ ਦੇ ਖਾਤਿਆਂ 'ਚ ਪੇਮੈਂਟ ਪਵਾ ਦਿਆਂਗੇ, ਅਸੀਂ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ 10-10 ਦਿਨ ਹੋ ਗਏ, 12-12 ਦਿਨ ਉਹ ਕਿਸਾਨਾਂ ਨੂੰ ਬੈਠਿਆਂ ਨੂੰ ਲੇਬਰ ਵਿਹਲੀ ਬੈਠੀ ਆ, ਤਾਂ ਤੁਹਾਡੇ ਦਾਅਵੇ ਜਿਹੜੇ ਪ੍ਰਬੰਧ ਕਿਉਂ ਨਹੀਂ ਕੀਤੇ? ਕਿਸਾਨਾਂ ਨੇ ਨਰਮਾ ਬੀਜਣਾ ਗਾ, ਕਿਸੇ ਨੇ ਤੂੜੀਆਂ ਬਣਾਉਣੀਆਂ ਗੀਆਂ, ਤਾਂ ਫਿਰ ਉਹ ਇੱਥੇ ਬੈਠੇ ਰਹਿਣਗੇ? ਜਾਂ ਜਿਹੜੇ ਮਜ਼ਦੂਰ ਆ ਪ੍ਰਵਾਸੀ ਆ, ਕਿਸੇ ਦੀ ਮਾਂ ਢਿੱਲੀ ਆ, ਕਿਸੇ ਨੇ ਬੱਚਿਆਂ ਦੀ ਪੜ੍ਹਾਈ ਦੀ ਫੀਸ ਭਰਨੀ ਆ, ਉਹ ਵੀ ਭਰਾਵੋ ਤੰਗ ਪਰੇਸ਼ਾਨ ਆ, ਅਤੇ ਕਿਸਾਨ ਵੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਕੈਪਟਨ ਸਰਕਾਰ ਤੋਂ ਅਤੇ ਨਾਲ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ, ਜਿਹੜਾ ਬਾਰਦਾਨਾ ਦੇ ਬਿਮਾਰ ਲੱਗੇ ਪਏ, ਕਣਕਾਂ ਦੇ ਢੇਰਾਂ ਦੇ ਬਿਮਾਰ ਲੱਗੇ ਪਏ, ਉਹ ਸਾਡੇ ਹਜੇ ਵੀ ਘਰਾਂ 'ਚ ਕਿਸਾਨ ਲਾਈ ਬੈਠੇ ਆ, ਤਾਂ ਥਾਂ ਹੋਵੇ ਤਾਂ ਅਸੀਂ ਮੰਡੀ 'ਚ ਕਣਕ ਲੈ ਕੇ ਗਏ, ਅਤੇ ਮੰਡੀ 'ਚ
कणक बेच के असी जो लिमटा जा जिदा कोई लैन देना वह मसला गा बारदाना ना आने करके ते ना लिफ्टिंग का प्रबंध आ किसान दस दस बारह बारह दिन हो गए तो बैठे नो ते नाल जिहड़ी उन्हां दी बिजाई का टाइम आ ते नाल जिहड़ियां तूड़ियां पईआं गईआं ते नाल जिहड़ा सरकार का मनसा गा उस जथेबंदियां कहिंदियां सी एगती जिहड़ी फसल आ तुहाडी ठुड्डे मारनगे ठुड्डे सरकारां क्यों मार दियां गईआं जिहड़ियां जमीनां तीन काले कानून लियांदे आ सरकार ने उह कानून लागू करने मंडी बोर्ड खत्म करना गा मंडी बोर्ड खत्म करके नाल उस 28,000 जो आड़ती वह खत्म हो जूगा तो नाल जी लेबर आ इतने झारा झराई का कम करती है लाने का कम करती है तोलन का कम करती है वो इदू बाद जोड़ा कह लोडिंग करते लेबर वाले वह खत्म हो जाएंगे नाल ट्रक जिन्होंने